ਤੇਰਾ ਕਲਾਮ ਮੇਰੇ ਪੈਰਾ ਲਈ ਚਿਰਾਖ ਤੇ ਮੇਰੇ ਰਾਹ ਲਈ ਰੋਸ਼ਨੀ ਹੈ ਮੇਰੇ ਅਜ਼ੀਜ਼ੋ ਡਬਲਯੂ ਵੈਬ ਟੀਵੀ ਦੇ ਪ੍ਰੋਗਰਾਮ ਕਲਾਮ ਦੇ ਵਿੱਚ ਤੁਹਾਨੂੰ ਸਭਾਂ ਨੂੰ ਜੀ ਆਇਆਂ ਨੂੰ ਸੁਣਿਓ ਇਸ ਤੋਂ ਪਹਿਲੇ ਅਸੀਂ ਗੱਲ ਕੀਤੀ ਖੁਦਾ ਦੇ ਕਲਾਮ ਦੇ ਬਾਰੇ ਚ ਇਹ ਕਲਾਮ ਜਿਸ ਤਰ੍ਹਾਂ ਅਸੀਂ ਪਹਿਲੇ ਪ੍ਰੋਗਰਾਮ ਦੇ ਵਿੱਚ ਇਸ ਗੱਲ ਨੂੰ ਜਾਣਿਆ ਕਿ ਕਲਾਮ ਖੁਦਾ ਦੇ ਬੇਟੇ ਦਾ ਬਿਆਨ ਕਰਦਾ ਹੈ ਇਕ ਕலாம் ਖੁਦਾ ਦੀ ਦੇ ਫਰਮਾਨ ਦਾ ਬਿਆਨ ਕਰਦਾ ਹੈ ਇਕ ਕலாம் ਖੁਦਾ ਦੇ ਤਹਿਰੀਰੀ احਕਾਮ ਦਾ ਬਿਆਨ ਕਰਦਾ ਹੈ ਲੇਕਿਨ ਇਹ ਕலாம் ਸਾਨੂੰ ਇੱਕ ਐਸੀ ਗਿਰਹ ਦੇ ਵਿੱਚ ਵੀ ਬੰਨ੍ਹ ਦਿੰਦਾ ਹੈ ਜਿਹਨੂੰ ਅਸੀਂ ایمان ਦੇ ਨਾਮ ਦੇ ਨਾਲ ਜਾਣਨੇ ਆ ਮੇਰੇ ਅਜ਼ੀਜ਼ੋ ਅਸੀਂ مختلف ਮਜ਼ਾਹਬ ਦੇ ਵਿੱਚ ਉਹਨਾਂ ਦੇ عقیدਿਆਂ ਨੂੰ ਦੇਖਨੇ ਆ ਔਰ ਜਦੋਂ عقیدਿਆਂ ਨੂੰ ਵੇਖਨੇ ਆ ਤੇ ਉਹ مختلف ਗੱਲਾਂ ਤੇ ਬੇਸ ਕਰਦੇ ਨੇ ਉਹ مختلف ਗੱਲਾਂ ਤੇ ਖੜੇ ਹੁੰਦੇ ਨੇ ਮਸੀਹੀ ਈਮਾਨ ਦੇ ਵਿੱਚ ਵੀ ਅਸੀਂ مختلف عقیده ਨੂੰ ਮੰਨਦੇ ਆ ਇਸ عقیده ਲਫ਼ਜ਼ ਨੂੰ ਅਗਰ ਦੇਖੀਏ ਤੇ ਇਹ ਲਫ਼ਜ਼ ਜਿਹੜਾ ਹੈ ਇਹ ਅਕਦਰ ਤੋਂ ਨਿਕਲਿਆ ਜਿਹਦਾ ਮਤਲਬ ਗिरा ਹੈ ਔਰ ਅਗਰ ਅਸੀਂ ਲਾਤੀਨੀ ਲਫ਼ਜ਼ ਕ੍ਰੈਡੋ ਨੂੰ ਵੇਖੀਏ ਤੇ ਕ੍ਰੈਡੋ ਦਾ ਜਿਹੜਾ ਲਫ਼ਜ਼ ਦਾ ਮਤਲਬ ਹੈ ਉਹਦਾ ਮਤਲਬ ਹੈ ਮੈਂ ایمان ਰੱਖਣਾ ਅਸੀਂ ਇਸ ایمان ਦੀ ਬੁਨਿਆਦੀ ਗੱਲਾਂ ਨੂੰ ਅਕਸਰ ਆਪਣੇ ਕਲੀਸਿਆਵਾਂ ਦੇ ਵਿੱਚ ਰਸੂਲਾਂ ਦੇ عقیده ਦੇ ਅਲਫ਼ਾਜ਼ ਚ ਦੁਹਰਾਉਂਦੇ ਆ ਲੇਕਿਨ ਮੈਂ ਖੁਦਾ ਦਾ ਕਲਾਮ ਦਾ ਇੱਕ ਖਾਦਮ ਹੁੰਦਿਆਂ ਹਾਂ ਇਹ ਸਮਝਣਾ ਕਿ عقیده ਦੇ ਇਹਨਾਂ ਤਮਾਮ ਜੁਮਲਿਆਂ ਨੂੰ ਅਗਰ ਦੁਹਰਾ ਲਿਆ ਜਾਏ ਸਿਰਫ ਇੱਕ ਜੁਮਲਾ ਜਿਹੜਾ ਅਸੀਂ ਸ਼ੁਰੂ ਦੇ ਵਿੱਚ ਕਿੰਨੇ ਆ ਮੈਂ ایمان ਰੱਖਣਾ ਇਨੋਂ ਅਗਰ ਕੱਢ ਦਿੱਤਾ ਜਾਏ ਉਹਦੇ ਤੋਂ ਤੇ ਇਹ ਸਿਰਫ ਲਫ਼ਜ਼ਾਂ ਦਾ ਇੱਕ مجموعه ਰਹਿ ਜਾਏਗਾ। ਇਹਦੇ ਵਿੱਚ ਅਗਰ ਬੁਨਿਆਦੀ ਕਿਰਦਾਰ ਕੋਈ ਗੱਲ ਅਦਾ ਕਰਦੀ ਏ ਤੇ ਉਹ ਸਿਰਫ ਇਹ ਵੇ ਕਿ ਅਸੀਂ ਇਹਨਾਂ ਸਾਰੇ ਲਫ਼ਜ਼ਾਂ ਨੂੰ ਬਿਆਨ ਕਰਨ ਤੋਂ ਪਹਿਲੇ ਅਸੀਂ ਇਹ ਕੰਨਿਆ ਕਿ ਮੈਂ ਇਮਾਨ ਰੱਖਣਾ। ਮੇਰੇ ਸੀਸੋ ਜਦੋਂ ਅਸੀਂ عقیده ਦੇ ਇਹਨਾਂ ਅਲਫ਼ਾਜ਼ ਨੂੰ ਦੇਖ ਰਹੇ ਹਾਂ ਤੇ ਇਹ ਅਲਫ਼ਾਜ਼ ਬਿਆਨ ਕਰਦੇ ਨੇ ਬਾਈਬਲ ਦੇ ਉਸ ਪੈਗਾਮ ਨੂੰ ਜਿਹੜਾ ਖੁਸ਼ਖਬਰੀ ਦੇ ਕਲਾਮ ਦੇ ਵਸੀਲੇ ਨਾਲ ਸਾਡੇ ਤੱਕ ਪਹੁੰਚਿਆ ਮੇਰੇ ਅਸੀਸੋ ਇਹ عقیدہ ਜਿਹੜਾ ਅਸੀਂ ਰਸੂਲਾਂ ਦੇ عقیده ਦੇ ਅਲਫਾਜ਼ ਜਾਂ ਨਕਾਇਆ ਦੇ عقیده ਦੇ ਅਲਫਾਜ਼ ਦੇ ਮੁਤਾਬਕ ਬਿਆਨ ਕਰਨੇ ਆ ਇਹ عقیدہ ਵਜੂਦ ਚ ਕਿਵੇਂ ਆਇਆ ਇbtida ਦੇ ਵਿੱਚ ਜਦੋਂ ਸਾਡੇ ਜਦ ਅਮਜਦ ਜਿਹੜੇ ਨੇ ਉਹ ਇਸ ਚਰਚ ਦੇ ਵਿੱਚ ਇਕਲੀਸੀਾਈ ਜ਼ਿੰਦਗੀ ਦੇ ਵਿੱਚ ਬਲੌਤੀ ਵੱਲ ਜਾ ਰਹੇ ਸਨ ਜਦੋਂ ਇਹ ਕਲੀਸੀਾਈ ਅਬਾ ਜਿਹੜੇ ਸਨ ਯਕ ਫਾਦਰਸ ਜਿਹੜੇ ਸਨ ਇਹ ਕਲੀਸੀਆ ਦੀ ਤਰੱਕੀ ਤੇ ਤਰਵੀਜ਼ ਦੇ ਵੱਲ ਜਾਣ ਰਹੇ ਸਨ ਉਦੋਂ ਇਹਨਾਂ ਦੇ ਕੋਲ ਤਹਿਰੀਰੀ ਸੂਰਤ ਦੇ ਵਿੱਚ ਕਲਾਮ-ਏ-ਮੁਕੱਦਸ ਨਵੇਂ ਆਇਤਨਾਮੇ ਦੀ ਸੂਰਤ ਵਿੱਚ ਮੌਜੂਦ ਨਹੀਂ ਸੀ ਇਸ ਲਈ ਇਹਨਾਂ ਨੇ ਰਸੂਲਾਂ ਦੀ ਉਸ تعلیم ਨੂੰ ਇਕੱਠਿਆਂ ਕਰਕੇ ਉਹਦੇ ਤੇ ਆਪਣੇ ਈਮਾਨ ਦੀ ਬੁਨਿਆਦ ਨੂੰ ਕਾਇਮ ਕਰ ਦਿੱਤਾ ਚੁਣਾਚੇ ਕਲੀਸਿਆ ਜਿਹਨੂੰ ਇਬਤਦਾ ਦੇ ਵਿੱਚ ਹੀ مختلف ਕਿਸਮ ਦੇ ਬਿੱਦਤੀ تعلیمਾਂ ਦਾ ਸਾਹਮਣਾ ਕਰਨਾ ਪਿਆ ਔਰ ਇਸ ਮੌਕੇ ਤੇ ਮੈਂ ਬਰਮਲਾਇ ਇਹ ਕਹਿਣਾ ਚਾਹਾਂਗਾ ਕਿ ਅੱਜ ਦੀ ਵੀ ਕੋਈ ਬਿੱਦਤ ਜਿਹੜੀ ਹੈ ਉਹ ਨਵੀਂ ਨਹੀਂ ਬਲਕਿ ਉਹ ਪਹਿਲੇ 5 ਸਦੀਆਂ ਪਹਿਲੇ 500 ਸਾਲ ਜਿਹੜੇ ਮਸੀਹੀ ਕਲੀਸਿਆ ਦੀ ਜ਼ਿੰਦਗੀ ਦੇ ਵਿੱਚ ਆਏ ਉਹਨਾਂ ਵਿੱਚ ਹੀ ਮਸੀਹ ਦੇ ਅਸਮਾਨ ਤੋਂ ਜਾਣ ਤੋਂ ਬਾਅਦ ਮੁxtਲਿਫ ਕਿਸਮ ਦੀਆਂ ਬਿੱਦਤੀ ਤਾਲੀਮਾਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਮੁxtਲਿਫ ਸੂਰਤਾਂ ਅੱਜ ਵੀ ਸਾਨੂੰ ਆਪਣੇ ird gird ਨਜ਼ਰ ਆਉਂਦੀਆਂ ਨੇ ਔਰ ਇਹ ਤਾਲੀਮਾਂ ਤੇ ਗੱਲ ਕਿਸੇ ਹੋਰ ਵੇਲੇ ਕਰਾਂਗੇ ਲੇਕਿਨ ਇਸ ਵੇਲੇ ਜਿਹੜਾ ਸਾਡਾ ਮਜ਼ਮੂਨ ਇਮਾਨ ਹੈ ਉਹਨੂੰ ਤੁਹਾਡੇ ਸਾਹਮਣੇ ਬਿਆਨ ਕਰਦੇ ਹਾਂ ਮੇਰੇ ਅਜ਼ੀਜ਼ੋ ਮੈਂ ਕਹਿਣਾ ਚਾਹਣਾ ਕਿ ਅਸੀਂ ਆਪਣੇ ਈਮਾਨ ਦਾ ਇਜ਼ਹਾਰ ਉਦੋਂ ਸਫਾਈ ਦੇ ਨਾਲ ਕਰ ਸਕਦੇ ਹਾਂ ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਪੂਰੇ ਤੌਰ ਨਾਲ ਜਾਣਨੇ ਹਾਂ ਮੇਰੇ ਅਜ਼ੀਜ਼ੋ ਮੈਂ ਐਫ ਐਫ ਬਰੂਸ ਸਾਹਿਬ ਦੀ ਇਸ ਇੱਕ ਕੋਟੇਸ਼ਨ ਨੂੰ ਤੁਹਾਡੇ ਸਾਹਮਣੇ ਬਿਆਨ ਕਰਨਾ ਚਾਹਾਂਗਾ ਕਿ ਅਸੀਂ ਕਿਸੇ ਵੀ ਇਨਸਾਨੀ ਜਿਸਮ ਦੇ ਹਿੱਸੇ ਨੂੰ ਉਸ ਵੇਲੇ ਤੱਕ ਨਹੀਂ ਬਿਆਨ ਕਰ ਸਕਦੇ ਜਬ ਤੱਕ ਕਿ ਅਸੀਂ ਉਸ ਬਦਨ ਨੂੰ ਪੂਰੇ ਤੌਰ ਨਾਲ ਜਾਣੀਏ ਨਾ ਹੱਥ ਦੇ ਕੰਮ ਨੂੰ ਉਸ ਵੇਲੇ ਬਿਆਨ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਜਿਸਮ ਦੇ ਬਾਕੀ ਆਜ਼ਾਦ ਕੰਮ ਨੂੰ ਜਾਣਨੇ ਆਂ ਇਸ ਲਈ ਕਲਾਮ ਦੇ ਇੱਕ ਹਿੱਸੇ ਦੀ ਤਸ਼ਰੀਹ ਸਿਰਫ ਇੱਕ ਆਇਤ ਦੀ ਤਸ਼ਰੀਹ ਨੂੰ ਲੈ ਕੇ ਤੇ ਆਪਣੇ ਈਮਾਨ ਦੀ ਬੁਨਿਆਦ ਕਾਇਮ ਕਰਨਾ ਇਹ ਕਲਾਮ ਦੇ ਮੁਕਾਬਕ ਨਹੀਂ ਹੈ ਇਸ ਲਈ ਮੇਰੇ ਅਜ਼ੀਜ਼ੋ ਸਾਨੂੰ ਕਲਾਮ ਦੇ مختلف ਈਮਾਨ ਦੇ ਹਿੱਸਿਆਂ ਨੂੰ ਦੇਖਣ ਵਾਸਤੇ ਸਾਨੂੰ ਕਲਾਮ ਹੀ ਨੂੰ ਰਜੂ ਕਰਨਾ ਪਏਗਾ ਔਰ ਖੁਦਾ ਦੇ ਪਾਕ ਕਲਾਮ ਦੇ ਮੁਤਾਬਕ ہماری ਜਿਹੜੀਆਂ ਸਾਡੀਆਂ ਜ਼ਿੰਦਗੀਆਂ ਨੇ ਉਹ ਮੁxtਲਫ ਸਾਡੇ ਤਜਰਬਾਤ ਦੇ ਮਰਹੂਨੇ ਮਿੰਨਤ ਵੀ ਆਪਣੇ ਲਈ تعلیم حاصل ਕਰਨ ਦਾ ਸਬਬ ਬਣਦੀਆਂ ਨੇ ਮੇਰੇ ਅਜ਼ੀਜ਼ੋ ਅਸੀਂ ਜਦੋਂ ਆਪਣੇ ਤਜਰਬਾਤ ਨੂੰ ਦੇਖਨੇ ਆ ਜਿਹੜੇ ਸਾਨੂੰ ਕੁਦਰਤੀ ਤੌਰ ਨਾਲ ਇਸ ਦੁਨੀਆ ਦੇ ਵਿੱਚ ਹਾਸਲ ਹੁੰਦੇ ਨੇ ਤੇ ਇਹ ਮੁxtਲਫ ਤਰੀਕੇ ਨਾਲ ਇਹ ਤਜਰਬਾਤ ਜਿਹੜੇ ਨੇ ਉਹ ਸਾਡੇ ਈਮਾਨ ਦੀ ਬੁਨਿਆਦ ਕਈ ਦਫਾ ਫਰਾਹਮ ਕਰਦੇ ਨੇ ਖੁਦਾ ਸਾਡੇ ਨਾਲ ਵਫادار ਖੁਦਾ ਹੈ ਮੈਂ ਪਹਿਲੇ ਵੀ ਪਿਛਲੇ ਆਪਣੇ ਪ੍ਰੋਗਰਾਮ ਦੇ ਵਿੱਚ ਬਿਆਨ ਕੀਤਾ ਕਿ ਮੇਰੀ ਜ਼ਿੰਦਗੀ ਦੇ 15 ਸਾਲਾ ਖidmat ਦੇ ਵਿੱਚ ਖੁਦਾ ਕਦੀ ਮੇਰੇ ਨਾਲ ਬੇਵਫਾ ਨਹੀਂ ਹੋਇਆ ਇਹ ਮੇਰਾ ਤਜਰਬਾ ਹੈ ਔਰ ਇਸ ਤਜਰਬੇ ਨੇ ਮੈਨੂੰ ਇੱਕ ਬੁਨਿਆਦ ਫਰਾਹਮ ਕਰ ਦਿੱਤੀ ਕਿ ਉਹ ਖੁਦਾ ਸੁਣਨ ਵਾਲਾ ਖੁਦਾ ਹੈ ਉਹ ਖੁਦਾ ਗੁੰਗਾ ਤੇ ਬੋਲਾ ਖੁਦਾ ਨਹੀਂ ਉਹ ਖੁਦਾ ਐਸਾ ਖੁਦਾ ਹੈ ਜਿਹੜਾ ਜਿਹਦਾ ਹੱਥ ਛੋਟਾ ਨਹੀਂ ਕਿ ਉਹ ਸਾਨੂੰ ਸਾਡੀ ਮੁਸੀਬਤ ਦੇ ਵਿੱਚੋਂ ਛੁੜਾ ਨਾ ਸਕੇ ਉਹਦਾ ਕੰਨ ਭਾਰੀ ਨਹੀਂ ਜਿਹੜਾ ਸਾਡੀ ਆਵਾਜ਼ ਨੂੰ ਸੁਣ ਨਾ ਸਕੇ ਇਸ ਲਈ ਉਸ ਖੁਦਾ ਤੇ ایمان ਰੱਖਦੇ ਹੋયા ਮੈਂ ਆਪਣੇ ਤਜਰਬੇ ਦੇ ਨਾਲ ਇਹ ਕਹਿ ਸਕਣਾ ਕਿ ਸਾਡਾ ਖੁਦਾ ਵਫادار ਖੁਦਾ ਹੈ ਉਹ ਬੇਵਫਾ ਖੁਦਾ ਨਹੀਂ ਹੈ ਮੇਰੇ ਅਜ਼ੀਜ਼ੋ ਇਹੀ ਤਜਰਬਾਤ ਸਾਨੂੰ ਸਾਡੇ ਮਾਸਰੇ ਦੇ ਵਿੱਚੋਂ ਵੀ ਹਾਸਲ ਹੁੰਦੇ ਨੇ ਇਸ ਲਈ ਸਾਡੇ ਈਮਾਨ ਦੀਆਂ ਤਿੰਨ ਜੜੀਆਂ ਨੇ ਉਹ ਬੁਨਿਆਦਾਂ ਨੇ ਤਿੰਨ ਸੋਰਸਸ ਨੇ ਤਿੰਨ ਜ਼ਰਾਏ ਨੇ ਸਾਡੇ ایمان ਦੇ ਵਾਸਤੇ ਪਹਿਲਾ ਜ਼ਰੀਆ ਦਲੀਲ ਹੈ ਦਲੀਲ ਇੱਕ ਐਸਾ ਜ਼ਰੀਆ ਹੈ ਜਿਹੜਾ ਸਾਡੇ ਤਜਰਬਾਤ ਚੋਂ ਸਾਨੂੰ ਮਿਲਦਾ ਕਿਸੇ ਵੀ ਤਜਰਬੇ ਦੀ ਬੁਨਿਆਦ ਤੇ ਅਸੀਂ ਇਹ ਦਲੀਲ ਦੇ ਸਕਨੇ ਆ ਕਿ ਸਾਡੀ ਇਹ ਗੱਲ ਸੱਚੀ ਹੈ ਜਿਵੇਂ ਮੈਂ ਇਸ ਤੋਂ ਪਹਿਲੇ ਵੀ ਕਿਹਾ ਕਿ ਮੇਰੇ 15 ਸਾਲਾ ਖੁਦਾ ਦੀ ਖਿਦਮਤ ਦੇ ਨਤੀਜੇ ਦੇ ਵਿੱਚ ਮੈਂ ਕਦੀ ਵੀ ਖੁਦਾ ਨੂੰ ਬੇਵਫਾ ਨਹੀਂ ਹੁੰਦਿਆਂ ਦੇਖਿਆ 1987 ਤੋਂ ਮੈਂ ਖੁਦਾਵੰਦ ਨੂੰ ਕਬੂਲ ਕੀਤਾ ਖੁਦਾਵੰਦ ਦੇ ਵਿੱਚ ਨਵੀਂ ਜ਼ਿੰਦਗੀ ਦਾ ਤਜਰਬਾ ਹਾਸਲ ਕੀਤਾ ਔਰ ਮੈਂ ਉਦੋਂ ਤੋਂ ਲੈ ਕੇ ਅੱਜ ਤੱਕ ਖੁਦਾ ਦੀ ਖੁਦਾ ਦੇ ਹਜ਼ੂਰ ਉਹਦੇ ਵਾਅਦਿਆਂ ਨੂੰ ਪੂਰਾ ਹੁੰਦਿਆਂ ਵੇਖਿਆ ਇਹ ਦਲੀਲ ਮੈਂ ਕਿਸੇ ਨੂੰ ਵੀ ਦੇ ਸਕਣਾ ਕਿ ਮੇਰਾ ਖੁਦਾ ਸੱਚਾ ਖੁਦਾ ਹੈ ਮੇਰਾ ਖੁਦਾ ਯਹਵਾ ਯਰੀ ਹੈ ਉਹ ਮੁਹੱਈਆ ਕਰਨ ਵਾਲਾ ਖੁਦਾਏ ਇਸ ਲਈ ਮੇਰਾ ਖੁਦਾ ਗੂੰਗਾ ਜਾਂ ਬੋਲਾ ਨਹੀਂ ਹੈ ਮੈਂ ਇੱਕ ਐਸੇ ਖੁਦਾ ਦਾ ਖਾਦਮਾ ਜਿਹੜਾ ਮੇਰੇ ਪੁਸ਼ਤ ਤੇ ਖਲੋਂਦਾ ਜਿਹੜੀ ਗੱਲ ਮੈਂ ਕਹਿੰਨਾ ਪਾਕ ਕलाम ਦੀ ਵਸਾਤਤ ਦੇ ਨਾਲ ਪਾਕ ਕलाम ਦੇ ਜ਼ਰੀਏ ਦੇ ਨਾਲ ਉਹ ਗੱਲ ਸੱਚੀ ਔਰ ਕਾਬਲੇ ਕਬੂਲ ਹੋ ਜਾਂਦੀ ਹੈ ਕਿ ਖੁਦਾ ਆਪਣੇ ਲੋਕਾਂ ਦੀ ਗੱਲ ਨੂੰ ਕਦੀ ਮਿੱਟੀ 'ਚ ਮਿਲਣ ਨਹੀਂ ਦਿੰਦਾ ਸਾਡੇ ਈਮਾਨ ਦਾ ਦੂਸਰਾ ਜ਼ਰੀਆ ਰਵਾਇਤਾਂ ਨੇ ਔਰ ਇਹ ਰਵਾਇਤਾਂ ਸਾਡੇ ਈਮਾਨ ਦੇ ਵਿੱਚ ਬੜਾ ਕਲੀਦੀ ਜਾਂ ਅਹਿਮ ਕਿਰਦਾਰ ਅਦਾ ਕਰਦੀਆਂ ਨੇ ਮੇਰੇ ਅਜ਼ੀਜ਼ੋ ਮੈਂ ਇਹਦੀ ਮਿਸਾਲ ਦਵਾਂਗਾ ਕਿ ਅਸੀਂ ਸ਼ਾਦੀਆਂ ਦੇ ਮੌਕਿਆਂ ਤੇ ਅਕਸਰ ਦੁਲਾ ਦੁਲਨ ਨੂੰ ਮਹਿੰਦੀ ਜਾਂ ਤੇਲ ਦੇ ਮੌਕੇ ਤੇ ਇੱਕ ਦੁਪੱਟੇ ਦੇ ਥੱਲੇ ਕੱਜ ਕੇ ਅਸੀਂ ਉਹਨੂੰ ਪੰਡਾਲ ਦੇ ਵਿੱਚ ਲਿਆਉਨੇ ਆ ਇਹਦੀ ਬੈਕ ਤੇ ਰਵਾਇਤ ਮੌਜੂਦ ਹੈ ਕਿ ਇਸ ਦੁਪੱਟੇ ਦੇ ਜ਼ਰੀਏ ਨਾਲ ਜਿਹੜਾ ਉਹ ਇਹ ਨਜ਼ਰੇ ਬਦ ਤੋਂ ਦੁਲਾਈ ਅਦੁਲਨ ਬਚੀ ਰਹਿੰਦੀ ਹੈ ਅਸੀਂ باوجود مسیਹੀ ਹੋਣ ਦੇ ਪਾਕਿਸਤਾਨ ਦੇ ਵਿੱਚ ਅਕਸਰ ਸਾਡੀ ਕਲੀਸੀਆਈ ਜ਼ਿੰਦਗੀਆਂ ਦੇ ਵਿੱਚ ਜਦੋਂ ਸਾਡੇ ਬੇਟੇ ਤੇ ਬੇਟੀਆਂ ਦੀਆਂ ਸ਼ਾਦੀਆਂ ਹੁੰਦੀਆਂ ਨੇ ਤੇ ਇਹਨਾਂ ਰਵਾਇਤਾਂ ਨੂੰ ਇੱਕ ਈਮਾਨ ਦੀ ਹੱਦ ਤੱਕ ਦੇਖਦੇ ਆਂ ਅਸੀਂ ਬਹੁਤ ਵਾਰ ਇਹ ਦੇਖਨੇ ਆ ਕਿ ਬਜ਼ੁਰਗ ਲੋਕ ਕਹਿੰਦੇ ਨੇ ਕਿ ਬੇਟੇ ਜਾਂ ਬੇਟੀ ਨੂੰ ਸ਼ਾਦੀ ਤੋਂ ਕੁਝ ਅਰਸਾ ਪਹਿਲੇ ਘਰੋਂ ਨਿਕਲਣਾ ਬੰਦ ਕਰ ਦੇਣਾ ਚਾਹੀਦਾ ਇਹਦੇ ਪਿੱਛੇ ਵੀ ਰਵਾਇਤ ਨੇ ਸਾਡੇ ਈਮਾਨ ਦੇ ਵਿੱਚ ਬੜਾ ਅਹਿਮ ਕਿਰਦਾਰ ਇਹ ਰਵਾਇਤਾਂ ਅਦਾ ਕਰਦੀਆਂ ਨੇ ਦੁਨੀਆ ਦੇ ਇਸ ਮੇਲੇ ਵਿੱਚ ਬੜੇ ਰੋਲੇ ਨੇ ਕੰਮ ਬੜੇ ਨੇ ਤੇ ਵੇਲਾ ਘਟ ਤੁਸੀਂ ਵੇਲਾ ਕੱਢ ਕੇ ਖੁਦਾ ਦੀ ਆਵਾਜ਼ ਨੂੰ ਸੁਣਿਆ ਤੁਸੀਂ ਮੁਬਾਰਕ ਹੋ ਇਹ ਤੁਹਾਡਾ ਪ੍ਰੋਗਰਾਮ ਹੈ ਇਹਨੂੰ ਬਿਹਤਰ ਕਰਨ ਲਈ ਸਾਨੂੰ wwebtv.com ਤੇ ਜ਼ਰੂਰ ਲਿਖੋ ਫਿਰ ਮਿਲਾਂਗੇ ਜੈ ਮਸੀਹੀ